ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਸੰਜੀਵ ਧਵਨ ਦਾ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। 2019 ਦੀ ਇਲੈਕਸ਼ਨ ਕਾਫੀ ਗਰਮਾ ਚੁੱਕੀ ਹੈ। ਪਿਛਲੇ ਕਾਫੀ ਦਿਨਾਂ ਵਿੱਚ ਅਸੀਂ ਬਹੁਤ ਸਾਰੇ ਕੈਂਡੀਡੇਟਸ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੇ ਤੁਹਾਡੇ ਰੂਬਰੂ ਕਰਾਏ। ਅੱਜ ਦੀ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੱਕ ਪਾਰਟੀ ਜਿਹਨੂੰ ਹਲੇ ਤੱਕ ਪ੍ਰਾਈਮ ਏਸ਼ੀਆ 'ਤੇ ਉਹਦੇ ਕੋਈ ਕੈਂਡੀਡੇਟ ਨਹੀਂ ਆਏ, ਅੱਜ ਉਸ ਪਾਰਟੀ ਦੇ ਕੈਂਡੀਡੇਟ ਸਾਡੇ ਕੋਲ ਆਏ ਆ, ਬਿਲਕੁਲ ਅਲੱਗ ਪਾਰਟੀ। ਬ੍ਰੈਂਪਟਨ ਵੈਸਟ ਤੋਂ ਹਰਿੰਦਰ ਹੁੰਡਲ, ਕਮਿਊਨਿਸਟ ਪਾਰਟੀ ਆਫ ਕੈਨੇਡਾ। ਸੋ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਪਹਿਲੇ ਕੈਂਡੀਡੇਟ ਸਾਡੇ ਸਟੂਡੀਓ 'ਚ ਆਏ ਨੇ। ਹਰਿੰਦਰ ਜੀ, ਆਪ ਜੀ ਦਾ ਬਹੁਤ ਨਿੱਘਾ ਸਵਾਗਤ। ਸੰਜੀਵ ਧਵਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਪ੍ਰਾਈਮ ਏਸ਼ੀਆ ਟੀ ਵੀ ਚੈਨਲ ਦਾ, ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀ ਪਾਰਟੀ ਦਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਪਲੇਟਫਾਰਮ ਆ, ਕੀ ਸਾਡੀਆਂ ਜਿਹੜੀਆਂ ਅਸੀਂ ਮੁੱਖ ਮੰਗਾਂ ਲੈ ਕੇ ਇਹਦੇ 'ਚ ਆਏ ਹਾਂ, ਉਹਨੂੰ ਸਾਂਝਾ ਕਰਨ ਦਾ ਮੌਕਾ ਦਿੱਤਾ, ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵੈਲਕਮ ਹਰਿੰਦਰ ਜੀ। ਸਭ ਤੋਂ ਪਹਿਲਾਂ ਮੇਰਾ ਕੁਐਸਚਨ ਇਹ ਹੋਏਗਾ ਕਿ ਤੁਸੀਂ ਕਮਿਊਨਿਸਟ ਪਾਰਟੀ ਆਫ ਕੈਨੇਡਾ ਤੋਂ ਹੀ ਕਿਉਂ ਇਲੈਕਸ਼ਨ ਜਿਹੜੀ ਆ ਉਹ ਲੜ ਰਹੇ? ਕਿਉਂਕਿ ਜੇ ਆਪਾਂ ਵੇਖੀਏ, ਪੋਲਸ ਵੇਖੀਏ, ਤਾਂ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਕਿਤੇ ਵੀ ਕੋਈ ਰੈਫਰੈਂਸ ਨਹੀਂ ਹੈ, 1% ਵੋਟਸ ਵੀ ਨਹੀਂ ਹੈ, ਜਾਂ ਇਹ ਕਹਿ ਲਓ ਕਿ ਜਿਹੜਾ ਮੀਡੀਆ ਹੈ ਉਹ ਕਵਰ ਹੀ ਨਹੀਂ ਕਰਦਾ ਕਿ ਕਿੰਨੇ ਵੋਟ ਇਹਨਾਂ ਨੂੰ ਲੋਕ ਸਪੋਰਟ ਕਰਦੇ ਆ ਪੋਲਸ ਦੇ ਵਿੱਚ। ਸੋ ਤੁਸੀਂ ਕਮਿਊਨਿਸਟ ਪਾਰਟੀ ਆਫ ਕੈਨੇਡਾ ਹੀ ਕਿਉਂ ਚੂਜ਼ ਕੀਤੀ? ਸੰਜੀਵ ਜੀ, ਬਿਲਕੁਲ ਤੁਹਾਡਾ ਬੜਾ ਵਾਜਬ ਸਵਾਲ ਆ ਜੀ। ਕਮਿਊਨਿਸਟ ਪਾਰਟੀ ਆਫ ਕੈਨੇਡਾ ਇੱਕ, ਤਾਂ ਇਹ ਦੱਸਾਂ ਕਿ ਕੈਨੇਡਾ ਦੀ ਸੈਕਿੰਡ ਓਲਡੈਸਟ ਪੋਲੀਟੀਕਲ ਪਾਰਟੀ ਆ ਜੀ, ਔਰ ਇਹਦਾ ਇੱਕ ਬੜਾ ਸਟਰਗਲ ਦਾ ਸ਼ਾਨਾ ਮੱਤਾ ਇਤਿਹਾਸ ਰਿਹਾ, ਵਰਕਿੰਗ ਕਲਾਸ ਲਈ, ਇੱਥੋਂ ਦੇ ਔਰਤਾਂ ਲਈ, ਨੌਜਵਾਨਾਂ ਲਈ, ਹੈਲਥ ਸਰਵਿਸਿਜ਼ ਲਈ, ਐਜੂਕੇਸ਼ਨ ਲਈ, ਤੋਂ ਇੱਕ ਇਹਦੀ ਸਟਰਗਲ ਦਾ ਪੀਸ ਲਈ ਤੁਸੀਂ ਦੇਖੋ ਇਹਦੀ ਬੜੀ ਸਟਰਗਲ ਆ। ਤੋਂ ਮੈਂ, ਕਿਉਂਕਿ ਇੰਡੀਆ 'ਚ ਆਪਣੀ ਸਟੂਡੈਂਟ ਲਾਈਫ 'ਚ ਸਟੂਡੈਂਟ ਮਸਲਿਆਂ ਲਈ ਉਹਨਾਂ ਲਈ ਬੜਾ ਐਕਟਿਵ ਰਿਹਾ, ਅਤੇ ਜਦੋਂ ਮੈਂ ਕੈਨੇਡਾ ਮੂਵ ਹੋਇਆ ਤਾਂ ਮੈਂ ਜਿਹੜਾ ਪੋਲੀਟੀਕਲ ਸਿਨੈਰੀਓ ਉਹਨੂੰ ਜਦੋਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਇਹ ਲੱਗਾ ਕਿ ਅਸਲ 'ਚ ਜੇ ਲੋਕਾਂ ਲਈ, ਮਿਹਨਤਕਸ਼ ਲੋਕਾਂ ਲਈ, ਸਾਡੀਆਂ ਜਿਹੜੀਆਂ ਸੋਸ਼ਲ ਸਰਵਿਸਿਜ਼ ਆ, ਇੱਕ ਚੰਗਾ ਸਮਾਜ ਉਸਾਰਨ ਲਈ ਜੇ ਕੋਈ ਪੋਲੀਟੀਕਲ ਪਾਰਟੀ ਆਪਣੀ ਕਨਸੈਪਟ 'ਚ, ਥਿਊਰੀ 'ਚ, ਪ੍ਰੈਕਟਿਸ 'ਚ ਵਾਜਬ ਉਤਰਦੀ ਆ, ਤਾਂ ਉਹ ਕਮਿਊਨਿਸਟ ਪਾਰਟੀ ਆਫ ਕੈਨੇਡਾ ਸੀ। ਤੋਂ ਫਿਰ ਮੈਂ ਇਹ ਡਿਸਾਈਡ ਕੀਤਾ, ਔਰ ਮੈਂ ਜਦੋਂ 2001 'ਚ ਜਦੋਂ ਕੈਨੇਡਾ 'ਚ ਆਇਆ, ਉਹ ਤੋਂ ਬਹੁਤ ਛੇਤੀ ਇੰਡੋ ਕਨੇਡੀਅਨ ਵਰਕਰ ਐਸੋਸੀਏਸ਼ਨ 'ਚ ਵੀ ਕੰਮ ਕੀਤਾ, ਅਤੇ ਫਿਰ ਕਮਿਊਨਿਸਟ ਪਾਰਟੀ 'ਚ ਵੀ ਉਦੋਂ ਤੋਂ ਐਕਟਿਵ ਹਾਂ। ਤੋ ਮੈਂ ਸਮਝਦਾ ਕਿ ਕਮਿਊਨਿਸਟ ਪਾਰਟੀ ਕੈਨੇਡਾ ਇੱਕ ਅਜਿਹੀ ਪਾਰਟੀ ਆ ਜਿਹੜੀ ਸਿਰਫ ਇਲੈਕਸ਼ਨਾਂ ਨਹੀਂ ਲੜਦੀ, ਇਲੈਕਸ਼ਨਾਂ ਦੇ ਦਰਮਿਆਨ ਵੀ ਜਿਹੜੇ ਮਸਲੇ ਅਸੀਂ ਇਲੈਕਸ਼ਨਾਂ 'ਚ ਪੁੱਟ ਕਰਦੇ ਉਹਦੇ ਲਈ ਸਟਰਗਲ ਕਰਦੇ। ਤੋ ਮੈਂ ਸਮਝਦਾ ਕਿ ਇਹ ਇਸ ਪਾਰਟੀ ਦਾ ਇੱਕ ਜਿਹੜਾ ਕਰੈਕਟਰ ਆ ਉਹ ਲੋਕ ਪੱਖੀ ਆ, ਸਿਰਫ ਗੱਲਾਂ 'ਚ ਨਹੀਂ ਆਪਣੇ ਐਕਸ਼ਨ 'ਚ ਵੀ। ਤੋ ਇਸ ਕਰਕੇ ਮੈਂ ਸਮਝਦਾ ਕਿ ਇਹ ਪਾਰਟੀ ਮੈਨੂੰ ਲੱਗੀ ਕਿ ਇਹ ਲੋਕਾਂ ਦੀ ਗੱਲ। ਹਰਿੰਦਰ ਜੀ, ਅੱਜ ਦੀ ਇਸ ਗੱਲਬਾਤ ਦੇ ਵਿੱਚ ਅਸੀਂ ਬ੍ਰੈਂਪਟਨ ਦੇ ਮਸਲੇ ਵੀ ਡਿਸਕਸ ਕਰਾਂਗੇ ਔਰ ਕੈਨੇਡਾ ਦੇ ਮਸਲੇ ਵੀ ਡਿਸਕਸ ਕਰਾਂਗੇ, ਪਰ ਉਸ ਤੋਂ ਪਹਿਲਾਂ ਕਿ ਆਪਾਂ ਉਹ ਇਸ਼ੂਜ਼ ਨੂੰ ਲਈਏ, ਕਮਿਊਨਿਸਟ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਸਲੋਗਨ ਸੀਗਾ, ਵਰਕਰਸ ਆਫ ਦਾ ਵਰਲਡ ਯੂਨਾਈਟ, ਰਾਈਟ, ਯੂ ਵਿਲ ਲੂਜ਼ ਨਥਿੰਗ ਬਟ ਯੂਰ ਚੇਨਸ। ਸੋ ਇਸ ਕਰਕੇ ਇਹਨਾਂ ਟੋਪਿਕਸ 'ਤੇ ਆਉਣ ਤੋਂ ਪਹਿਲਾਂ ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਕਮਿਊਨਿਸਟ ਮੂਵਮੈਂਟ ਦੀ ਇਸ ਵੇਲੇ ਹਾਲਤ ਹੈ, ਚਾਹੇ ਤੁਸੀਂ ਦੇਖੋ ਕਿ ਚਾਈਨਾ ਅੱਜ ਉਹਨਾਂ ਦਾ ਰਾਜ ਜਿਹੜਾ, ਚਾਹੇ ਉਹ ਕਮਿਊਨਿਸਟ ਪਾਰਟੀ ਦਾ ਹੈ, ਲੇਕਿਨ ਉਹਨਾਂ ਦੀਆਂ ਪੋਲਿਸੀਜ਼ ਜਿਹੜੀਆਂ ਜੇ ਆਪਾਂ ਵੇਖੀਏ ਤਾਂ ਉਹ ਕਮਿਊਨਿਸਟ ਪਾਰਟੀ ਵਾਲੀਆਂ ਪੋਲਿਸੀਜ਼ ਨਹੀਂ ਹੈ। USSR ਜਿਹੜਾ ਕਿ ਬੋਲਸ਼ਵਿਕ ਰੈਵੋਲਿਊਸ਼ਨ ਆਇਆ, ਔਰ ਅੱਜ ਉਹ ਵੀ ਕਮਿਊਨਿਸਟ ਪਾਥ ਛੱਡ ਕੇ ਇੱਕ ਕੈਪੀਟਲਿਸਟ ਪਾਥ ਦੇ ਉੱਤੇ ਹੈ। ਅੱਜ ਉਹ ਰਸ਼ੀਆ ਕਿੰਨੇ ਹਿੱਸਿਆਂ 'ਚ ਡਿਵਾਈਡ ਹੋ ਗਿਆ USSR, ਅਤੇ ਉੱਥੇ ਕਮਿਊਨਿਸਟ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਮਾਰਜਨਲ ਹੋ ਗਈਆਂ। ਸੋ ਜਦੋਂ ਸਾਰੀ ਦੁਨੀਆ ਦੇ ਵਿੱਚ ਕਮਿਊਨਿਸਟ ਪਾਰਟੀਜ਼ ਜਿਹੜੀਆਂ ਉਹਨਾਂ ਦਾ ਸਪੋਰਟ ਬੇਸ ਜਿਹੜਾ ਹੈਗਾ ਉਹ ਘੱਟ ਗਿਆ, ਜਿੱਥੇ ਉਹ ਬਹੁਤ ਪਾਵਰਫੁੱਲ ਸੀਗੇ ਉਹ ਨਹੀਂ ਰਹੇ, ਅਤੇ ਕੈਨੇਡਾ ਜਿੱਥੇ ਕੋਈ ਉਹਨਾਂ ਦਾ ਇਸ ਵੇਲੇ ਆਧਾਰ ਹੀ ਨਹੀਂ ਹੈ, ਕਿਉਂ ਕਮਿਊਨਿਸਟ ਪਾਰਟੀ ਵੱਲੋਂ ਤੁਹਾਨੂੰ ਲੜਨ ਦੀ ਲੋੜ ਪਈ, ਜਾਂ ਤੁਸੀਂ ਕੀ ਸਮਝਦੇ ਹੋ ਕਿ ਜਦੋਂ ਦੁਨੀਆ ਇਹ ਕਹਿੰਦੀ ਹੈ ਕਿ ਕਮਿਊਨਿਸਟ ਜਿਹੜਾ ਹੈਗਾ ਸਿਸਟਮ ਆ ਉਹ ਫੇਲ ਹੋ ਚੁੱਕਾ ਸਾਰੇ ਵਰਲਡ 'ਚ, ਅਤੇ ਇਸ ਸੰਘਰਸ਼ ਨੂੰ ਅੱਗੇ ਚਲਾਉਣ ਦੀ ਕੀ ਲੋੜ ਹੈ? ਸੰਜੀਵ ਜੀ, ਤੁਹਾਡੀ ਗੱਲ ਬਿਲਕੁਲ ਸਹੀ ਆ ਕਿ 1992 'ਚ ਸੋਵੀਅਤ ਯੂਨੀਅਨ ਦੇ ਕਲੈਪਸ ਹੋ ਜਾਣ ਨਾਲ, ਜਾਂ ਈਸਟ ਯੂਰਪੀਅਨ ਕੰਟਰੀਜ਼ ਜਿਹੜੇ ਬਹੁਤ, ਜਿਹਨਾਂ ਸੋਸ਼ਲਿਜ਼ਮ ਸੀ ਉਹ 'ਚ ਕਲੈਪਸ ਹੋ ਜਾਣਾ, ਇੱਕ ਇਸ ਤਰ੍ਹਾਂ ਦਾ ਖਿਆਲ ਉੱਭਰ ਕੇ ਸਾਹਮਣੇ ਆਇਆ। ਨੋ ਡਾਊਟ ਕਿ ਬਹੁਤ ਵੱਡੀ ਸੱਟ ਸੀ ਸੋਸ਼ਲਿਸਟ ਕੈਂਪ ਨੂੰ, ਧੁਰਾ ਸੀ ਸੋਵੀਅਤ ਯੂਨੀਅਨ, ਔਰ ਜਿਹੜਾ ਉਸ ਸਮੇਂ ਇਹ ਸਾਬਤ ਕੀਤਾ ਗਿਆ, ਜਿਵੇਂ ਪੋਸਟ ਮਾਡਰਨ ਫਿਲੋਸਫੀ ਆਈ ਕਿ ਐਂਡ ਆਫ ਹਿਸਟਰੀ ਹੋ ਗਿਆ ਜੀ, ਇਤਿਹਾਸ ਸਾਡਾ ਜਿਹੜਾ ਹੁੰਦਾ ਉਹ ਇਰੈਲੀਵੈਂਟ ਹੋ ਗਿਆ, ਤੋ ਜਿਹੜਾ ਮੇਨ ਸਟ੍ਰੀਮ ਮੀਡੀਆ ਸੀ, ਕਾਰਪੋਰੇਟ ਮੀਡੀਆ ਸੀ, ਜਿਹੜਾ ਬੁਰਜਵਾ ਥਿੰਕ ਟੈਂਕ ਸੀਗੇ, ਉਹਨਾਂ ਨੇ ਲੋਕਾਂ 'ਚ ਇਹ ਭਾਵਨਾ ਪੈਦਾ ਕੀਤੀ ਕਿ ਜਿਹੜਾ ਤੁਹਾਡੇ ਇਤਿਹਾਸ ਆ, ਜਿਹੜੀ ਤੁਹਾਡੀ ਸਟਰਗਲ ਆ, ਇਹ ਰਿਲੇਵੈਂਟ ਹੋ ਗਈ ਆ।
पर वो सट वजी पर इररेलीवेंट नहीं हुई मार्क्सिस्ट थ्यूरी कम्यूनिस्ट आइडिया जिहड़ा वा वो एंड नहीं होया क्योंकि एंड तां नहीं होया कि जे असीं ए सोवियत यूनियन दे कलैप्स हो जाण तों बाद कैपिटलिस्ट वर्ल्ड नूं भी देखिए तो असीं हुण इस वेले इस जगह ते पहुंचे हां कि 1% 82% दी वर्थ जिहड़ी कैपिटल आ उहदे ते काबज़ हो रहा और वड्डी पद्धर ते असीं देख रहे हां कि पॉवर्टी इनक्वैलिटीज़ डिस्पैरिटीज़ एनवायरमेंट दा जो हालत हो गई आ और जिहड़ी लुट वा जिहड़ा मार्क्सिज़म दा जिहड़ी फाउंडेशन ओह बिल्ड इस चीज़ ते होई कि कैपिटलिस्ट सिस्टम जिहड़ा लुट दे आधारित सिस्टम आ मनुख थों मनुख दी लुट करदा तो मैं समझदा कि क्योंकि कैपिटलिस्ट सिस्टम ने मनुख थों मनुख दी लुट दे कंसैप्ट नूं तिखा कीता तो जिन्ना चिर ये कंसैप्ट जींदा वा उन्ना चिर मार्क्सिज़म उहदी रेलेवेंस रहेगी भावें कि उहनूं सट्टां वज्जियां। दूसरी गल इह आ कि सोवियत यूनियन रूस च ਭਾਵੇਂ ਕਿ ਹੁਣ ਜਿਹੜੇ ਨਵੇਂ ਸਰਵੇ ਆ ਰਹੇ ਆ ਤੁਸੀਂ ਦੇਖੋ 60-65-70% ਤੱਕ ਵੀ ਲੋਕ ਕਹਿ ਰਹੇ ਕਿ ਉਹ ਸਿਸਟਮ ਆਮ ਲੋਕਾਂ ਦੀ ਜਿਹੜੀ ਕੇਅਰ ਕਰਦਾ ਸੀ ਇੱਕ ਬੜੀ ਵੱਡੀ ਬਜ਼ਰ ਗਲਤੀ ਹੋਈ ਸਾਡੇ ਕੋਲੋਂ ਤੋ ਸਮੇਂ ਦੇ ਨਾਲ ਇੱਕ ਸੋਚ ਉਹ ਪਰਤ ਰਹੀ ਆ ਉਸ ਸਮੇਂ ਔਕੜਾਂ ਸੀ ਉਹ ਇੱਕ ਲੰਮੀ ਹਿਸਟਰੀ ਉਹਦੇ 'ਤੇ ਇੱਕ ਵੱਖਰੀ ਡਿਬੇਟ ਹੋ ਸਕਦੀ। ਚਾਈਨਾ ਵੀ ਇਸ ਵੇਲੇ ਤੁਸੀਂ ਦੇਖੋ ਜਿਹੜਾ US ਦੇ ਨਾਲ ਇਸ ਵੇਲੇ ਇੰਟਰਨੈਸ਼ਨਲ ਲੈਵਲ 'ਤੇ ਕਲੈਸ਼ ਇੰਨਾ ਵੱਧ ਗਿਆ ਉਹਦੇ 'ਚ ਚਾਈਨਾ ਦੇ ਜਿਹੜੇ ਨਵੀਂ ਲੀਡਰਸ਼ਿਪ ਆਈ ਆ ਉਹਨਾਂ ਨੇ ਆਪਣੀ ਕਮਿਟਮੈਂਟ ਸਮਾਜਵਾਦੀ ਸੰਕਲਪ ਪ੍ਰਤੀ ਦ੍ਰਿੜ ਕੀਤੀ ਆ ਔਰ ਆਪਣੇ ਆਪ 'ਤੇ ਪੈਰਾਂ ਸਿਰ ਹੋਣ ਦੀ ਕੀਤੀ ਤਾਂ ਹੀ ਇਸ ਵੇਲੇ USSR ਜਿਹੜਾ USA ਉਹਦਾ ਜਿਹੜਾ ਉਹਦੇ ਨਾਲ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਟਸਲ ਵੱਧ ਗਈ। ਬਹੁਤ ਸਾਰੇ ਲੋਕ ਇਹਨੂੰ ਟ੍ਰੇਡ ਦੇ ਰੂਪ 'ਚ ਦੇਖਦੇ ਪਰ ਅਸੀਂ ਦੇਖਦੇ ਹਾਂ ਕਿ ਕਿਉਂਕਿ ਉਹਦਾ ਜਿਹੜਾ ਇਨਫਲੂਐਂਸ ਵਾ ਥਰਡ ਵਰਲਡ ਕੰਟਰੀਜ਼ ਏਸ਼ੀਆ 'ਚ ਅਫਰੀਕਾ 'ਚ ਲੈਟਿਨ ਅਮਰੀਕਾ 'ਚ ਵੱਧ ਰਿਹਾ ਤੋ ਇਸ ਵੇਲੇ ਜਿਹੜਾ ਸੋਸ਼ਲਿਜ਼ਮ ਦਾ ਆਈਡੀਆ ਖਿਆਲ ਆ ਲੋਕਾਂ 'ਚ ਪਾਪੂਲਰ ਹੋ ਰਿਹਾ। ਮੈਂ ਕੁਇਕ 'ਚ ਇਹ ਗੱਲ ਕਹਿ ਦਾਂ ਕਿ ਕੈਨੇਡਾ 'ਚ ਰੀਸੈਂਟ ਨਵਾਂ ਸਰਵੇ ਹੋਇਆ ਲਗਭਗ 50% ਲੋਕਾਂ ਨੇ US ਕੈਨੇਡਾ 'ਚ ਕਿਹਾ ਕਿ ਸੋਸ਼ਲਿਜ਼ਮ ਇੱਕ ਚੰਗਾ ਸ਼ਬਦ ਆ ਉਹ ਸੋਸ਼ਲਿਜ਼ਮ ਨੂੰ ਕਿੱਦਾਂ ਵੇਖਦੇ ਅਸੀਂ ਕਿੱਦਾਂ ਵੇਖਦੇ ਇਹਦੇ 'ਚ ਫਰਕ ਹੋ ਸਕਦਾ ਪਰ ਇਹਦੇ ਪ੍ਰਤੀ ਜਿਹੜੀ ਨਵੀਂ ਪੀੜ੍ਹੀ ਆ ਉਹਦੇ 'ਚ ਇੱਕ ਚੰਗੀ ਫੀਲਿੰਗ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ। ਹੁਣ ਮੈਂ ਥੋੜ੍ਹਾ ਜਿਹਾ ਕੈਨੇਡਾ ਦੇ ਅੰਦਰ ਆਵਾਂਗਾ। ਮੈਂ ਟੀਚ ਵੀ ਕਰਦਾ ਵਾਂ, ਮੈਂ ਸਕੂਲ ਵੀ ਰਨ ਕਰਦਾ ਵਾਂ, ਮੈਂ ਇੱਥੋਂ ਦੀਆਂ ਇਤਿਹਾਸ ਦੀਆਂ ਜੇ ਬੁੱਕਸ ਪੜ੍ਹੀਏ ਜਿਹੜੀਆਂ ਕਿ ਸਕੂਲਾਂ ਦੇ ਵਿੱਚ ਚਾਹੇ ਉਹ ਪਬਲਿਕ ਸਕੂਲ ਨੇ ਚਾਹੇ ਉਹ ਪ੍ਰਾਈਵੇਟ ਸਕੂਲ ਨੇ ਚਾਹੇ ਉਹ ਕੈਥਲਿਕ ਸਕੂਲ ਨੇ, ਉੱਥੇ ਜਿਹੜੀਆਂ ਇਤਿਹਾਸ ਦੀਆਂ ਬੁੱਕਸ ਪੜ੍ਹਾਈਆਂ ਜਾਂਦੀਆਂ ਖਾਸ ਕਰਕੇ 10ਵੀਂ ਦੇ ਵਿੱਚ, ਤਾਂ ਉੱਥੇ ਇਹ ਦੱਸਿਆ ਜਾਂਦਾ ਕਿ ਜਿਹੜੀ ਕੈਨੇਡਾ ਦੇ ਕਮਿਊਨਿਸਟ ਸੀਗੇ ਉਹਨਾਂ ਨੂੰ ਸਾਰੇ ਡਾਇਰੈਕਟਿਵ ਜਿਹੜੇ ਆ ਉਹ USSR ਦੀ ਜਿਹੜੀ ਅੰਬੈਸੀ ਸੀ ਕੈਨੇਡਾ 'ਚ ਉਹਦੇ ਤੋਂ ਆਉਂਦੇ ਸੀ ਉਹ ਪਿਛਲੇ ਜ਼ਮਾਨੇ ਵਿੱਚ। ਬੇਸਿਕਲੀ ਇਹ ਸ਼ੋਅ ਕੀਤਾ ਜਾਂਦਾ ਕਿ ਕਮਿਊਨਿਸਟ ਜਿਹੜੇ ਸੀਗੇ ਉਹ ਰਸ਼ੀਅਨ ਜਾਂ USSR ਅੰਬੈਸੀ ਦੇ ਏਜੰਟ ਸੀਗੇ, ਦੇ ਵਰ ਨੋਟ ਵਰਕਿੰਗ ਫਾਰ ਕੈਨੇਡੀਅਨਸ, ਦੇ ਵਰ ਵਰਕਿੰਗ ਫਾਰ USSR। ਅਤੇ ਇਸ ਨੂੰ ਦਰੁਸਤ ਕਰਨ ਦੇ ਲਈ ਇਹ ਇੰਪਰੈਸ਼ਨ, ਕਿਉਂਕਿ ਇਸ ਕਰਕੇ ਵੀ ਬਹੁਤ ਸਾਰੇ ਜਿਹੜੀ ਯੰਗ ਜਨਰੇਸ਼ਨ ਹੈ ਉਹ ਕਈ ਵਾਰੀ ਕਮਿਊਨਿਸਟ ਪਾਰਟੀਜ਼ ਨੂੰ ਸਪੋਰਟ ਨਹੀਂ ਕਰਦੀ ਜਾਂ ਲੋਕ ਸਪੋਰਟ ਨਹੀਂ ਕਰਦੇ। ਇਸ ਇੰਪਰੈਸ਼ਨ ਨੂੰ ਖਤਮ ਕਰਨ ਲਈ ਜਿਹੜਾ ਕਿ ਸਕੂਲਾਂ ਦੀਆਂ ਕਿਤਾਬਾਂ 'ਚ ਪੜ੍ਹਾਇਆ ਜਾਂਦਾ, ਤੁਹਾਡੀ ਪਾਰਟੀ ਨੇ ਹੁਣ ਤੱਕ ਕੀ ਕੀਤਾ? ਦੇਖੋ, ਪਹਿਲੀ ਗੱਲ ਇਹ ਆ ਕਿ ਜਿਹੜੀ ਧਿਰ ਸੱਤਾ 'ਚ ਹੁੰਦੀ ਆ ਉਹ ਇਤਿਹਾਸ ਨੂੰ ਆਪਣੇ ਰੂਪ 'ਚ ਪੇਸ਼ ਕਰਦੀ ਆ। ਜੇ ਅਸੀਂ ਫਾਸਿਸਟ ਧਿਰਾਂ ਸੱਤਾ 'ਚ ਹੁੰਦੀਆਂ ਤਾਂ ਉਹ ਉਸ ਤਰੀਕੇ ਨਾਲ ਇਤਿਹਾਸ ਦੀ ਵਿਆਖਿਆ ਕਰਦੀਆਂ। ਤੋ ਮੈਂ ਸਮਝਦਾ ਕਿ ਅਮਰੀਕਾ ਕੈਨੇਡਾ 'ਚ ਕਿਉਂਕਿ ਸਰਮਾਏਦਾਰ ਪਾਰਟੀਆਂ ਔਰ ਸਰਮਾਏਦਾਰੀ ਬੜੇ ਮਜ਼ਬੂਤ ਰੂਪ 'ਚ ਸੱਤਾ 'ਤੇ ਕਾਬਜ਼ ਆ, ਤੋ ਵਾਜ਼ਹਿ ਕਿਉਂਕਿ ਪੈਦਾਵਾਰ ਦੇ ਸਾਰੇ ਸਾਧਨ ਉਹਨਾਂ ਦੇ ਹੱਥ 'ਚ ਆ, ਸਾਹਿਤ ਸੱਭਿਆਚਾਰ ਅਤੇ ਇਤਿਹਾਸ ਵੀ ਉਹਨਾਂ ਦਾ ਇੱਕ ਟੂਲ ਆ, ਉਹ ਕਿੱਦਾਂ ਨੂੰ ਰਿਪ੍ਰਜੈਂਟ ਕਰਦੇ। ਤੋ ਮੈਂ ਸਮਝਦਾ ਕਿ ਇਹਨਾਂ ਇਸ ਕੰਟੀਨੈਂਟ 'ਚ ਭਾਵੇਂ ਕਿ ਮਜ਼ਦੂਰ ਜਮਾਤ ਦਾ ਬਹੁਤ ਸ਼ਾਨਾ ਮੱਤਾ ਇਤਿਹਾਸ ਆ, ਮਈ ਦਿਵਸ ਸ਼ਿਕਾਗੋ ਦੇ ਸ਼ਹੀਦਾਂ ਨੂੰ ਦੁਨੀਆ ਸਲਾਮ ਕਰਦੀ, ਤੋ ਇੱਕ ਸਾਜਿਸ਼ ਦੇ ਤਹਿਤ ਇਤਿਹਾਸ ਨੂੰ ਇਸ ਰੂਪ 'ਚ ਪ੍ਰਗਟ ਕੀਤਾ ਗਿਆ ਔਰ ਜਿਹੜੀਆਂ ਲੋਕਾਂ ਲਈ ਲੜਨ ਵਾਲੀਆਂ ਧਿਰਾਂ ਸੀ ਉਹਨਾਂ ਨੂੰ ਇਸ ਰੂਪ 'ਚ ਏਜੰਟ ਦੇ ਰੂਪ 'ਚ ਪ੍ਰਗਟ ਕੀਤਾ ਗਿਆ। ਮੈਂ ਸਮਝਦਾ ਇਹ ਬਿਲਕੁਲ ਸੱਚਾਈ ਨਹੀਂ। ਕੈਨੇਡਾ ਦੀ ਕਮਿਊਨਿਸਟ ਪਾਰਟੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਅਕਤੂਬਰ ਇਨਕਲਾਬ ਮਹਾਨ ਇਨਕਲਾਬ ਤੋਂ ਇੰਸਪਾਇਰ ਹੋਈ ਔਰ 1921 'ਚ ਇਹਦੀ ਸਥਾਪਨਾ ਕੀਤੀ ਗਈ। ਤੋਂ ਜਿਹੜਾ ਇੱਕ ਸੰਸਾਰ ਪੱਧਰ 'ਤੇ ਮਾਰਕਸਵਾਦੀ ਲੈਨਨਵਾਦੀ ਫਲਸਫੇ ਦਾ ਜਿਹੜਾ ਇੱਕ ਇੰਟਰਨੈਸ਼ਨਲਿਜ਼ਮ ਮੈਸੇਜ ਆ ਉਹਦੇ ਤੋਂ, ਉਸ ਵੇਲੇ ਕੈਨੇਡਾ ਦੀ ਪਾਰਟੀ ਜਿਹੜੀ ਸੀ ਕਮਿਊਨਿਸਟ ਪਾਰਟੀ ਮੈਂ ਇਲੀਗਲ ਸੀ ਉਦੋਂ 1921 'ਚ ਆਈ ਜੀ, ਬਾਅਦ 'ਚ ਇਲੀਗਲ ਕਰ ਦਿੱਤੀ ਗਈ ਔਰ ਬੜੀ ਵਿਸ਼ਾਲ ਪਾਰਟੀ ਸੀ, ਬੜਾ ਲੰਮਾ ਸਮਾਂ ਰਿਪਰੈਸ਼ਨ ਰਹੀ ਇਹਦੀ, ਇਹਨੂੰ ਇਲੀਗਲ ਕਰ ਦਿੱਤਾ ਗਿਆ, ਇਹਦੀ ਲੀਡਰਸ਼ਿਪ ਜੇਲ੍ਹ 'ਚ ਕਰਤੀ ਗਈ। ਤੋ ਕੈਨੇਡਾ ਦੀ ਕਮਿਊਨਿਸਟ ਪਾਰਟੀ ਜੇ ਕਿਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਜਾਂ ਹੋਰ ਕਮਿਊਨਿਸਟ ਪਾਰਟੀਆਂ ਕੋਈ ਇੱਦਾਂ ਦੀ ਗੱਲ ਕਹਿੰਦੀਆਂ ਰਹੀਆਂ ਤਾਂ ਆਪਣਾ ਆਜ਼ਾਦ
ख्याल भी रखदिया रही बिल्कुल ये कोई दुरुस्त नहीं कि उन्होंने क्योंकि जी कैनेडा की कम्यूनिस्ट पार्टी ये मैंबरस द्वारा बनी हुई है और यदि नीतियाँ यदि अप्रोच जी असं सारे रल के अपन कॉन्फ्रेंस करते ना आगे कितों बहरों कोई सानू कहता तो यह दुरुस्त नहीं ये ठीक है जिहड़ियां तिरां सत्ता च काबज हुंदियां उन्हां दा इतिहास ते भी पकड़ हुंदी जो मर्जी स्कूलां च प्रचार करन और अखीर च ये गल कहूँगा कि ये भी एक बड़ी माड़ी गल रही कि इस देश नूं इमीग्रेंट्स ने चाइनीज़ ने पंजाबीज़ ने पंजाबियां ने अपनी बड़ी मेहनत दे नाल उसारिया वह भी गैर हाजिर आ इस इतिहास दीआं किताबां चों सिर्फ कम्यूनिस्ट नहीं हर संघर्ष करन वाला जिन्हें इस देश नूं सिरजिया वह इहदे इतिहास चों एक काबज आ और क्योंकि कलोनियलिस्ट कंट्री कलोनियलिस्ट माइंड सैट हजे भी रूल करता हरिंदर जी अगले हिस्से दे विच असी तुहाडे नाल कैनेडा दे की मुद्दे ने अंटेरियो दे की मुद्दे ने ब्रैम्पटन दे की मुद्दे ने उन्हां बारे गल करदे हां पर हुण चलदे हां एक कमर्शियल ब्रेक ते प्राइम इलैक्शन प्रोग्राम विच आप जी दा एक बार फिर स्वागत प्राइम एशिया टैलीविजन दे स्टूडियो विच अज साढ़े नाल हन हरिंदर हुंडल जो कि ब्रैम्पटन वैस्ट तो कम्यूनिस्ट पार्टी ऑफ कैनेडा के कैंडीडेट हैं हरिंदर जी हुण आपां डिस्कशन करांगे कैनेडा के मुद्दों पर तुहाडे मुताबक किन्ना मुद्दों उत्ते तुसीं ए इलैक्शन लड़ रहे हो संजीव जी मुद्दे तो बहुत आ और असीं कम्यूनिस्ट पार्टी ऑफ कैनेडा ये समझते हैं कि इस इलैक्शन दे विच एको एक पार्टी आ जे तुसीं आपां पार्टियां दा एनालिसिस भी करांगे पर एको एक पार्टी कम्यूनिस्ट पार्टी ऑफ कैनेडा वा जिहड़ी लोकां दे मुद्दियां नूं ध्यान च रखदे होया उहदे च जे असीं इंटरनेशनल इशूज़ देखिए कैनेडा दी फॉरन पॉलिसी देखिए एनवायरमेंट दे इशूज़ देखिए क्लाइमेट क्राइसिस आपां उहदे बारे भी गल करांगे बहुत सीरीयस इशू आ जॉब्स दे इशू आ वूमेन दे इशू आ इमीग्रेंट्स दे इशू आ तो इन्हां सारिआं नूं इशूज़ नूं ध्यान च रखदे हां असीं समझदे कि साडी अजिही पार्टी आ जिहड़ी लोकां दे अंग पक्ष तों लोकां दी साइड तों इस इलैक्शन च इक बड़ा वाइड स्प्रैड बड़ा विस्तार च जिहड़ा प्लेटफॉर्म लैके आए हैं तो इस चीज़ का सानूं माण के जे कई असीं कही कि लैफ्ट साइड तो सेंटर राइट दीआं पार्टियां तो है लैफ्ट साइड तो वी आर द ओनली पार्टी के जिहड़ी इदां दा प्लेटफॉर्म लैके आई पर हरिंदर जी आपां जे वेखीए NDP दे लीडर जगमीत सिंह वह भी कह रहे हैं कि असीं हेल्थ केयर दीआं फैसिलिटीज़ देनियां यूनीवर्सल फार्मा केयर करनी है सो वो काफ़ी चीज़ां तुहानूं लगता नहीं कि वह लैफ्ट दे एंगल तो है बिल्कुल जी NDP दे प्रोग्राम च कुछ चंगीआं चीज़ां वा जिवें यूनीवर्सल फार्मा केयर की गल बहुत असीं ये बड़े लंबे समय तो रैस इलैक्शन असं भी कह रहे कि यूनीवर्सल फार्मा केयर होना चाहिए उन्होंने डेंटल केयर की गल की 70,000 तक की इनकम दे असी यूनीवर्सल डेंटल केयर की गल करते असी आई केयर की गल करते असी फ्री चाइल्ड केयर तुसीं देखो कैनेडा च फ्री चाइल्ड केयर होना चाहिए असी उहदी गल कर रहे तो NDP कोल कुछ मंगा चंगीआं असी इस चीज़ तो नहीं मुकरदे ग्रीन पार्टी को भी कुछ चंगीआं पर अल्टीमेटली ये दोवें पार्टियां बिग बिजनेस दीआं पार्टियां असी ये भी गल कहिंदे दोनों कैपिटलिस्ट सिस्टम दीआं हामीआं जिहड़ी जिहड़ा भी कोई मसला उहदे हल लई ये कैपिटलिस्ट एंगल तो सरमाएदारी एंगल तो देखदे प्राइवेट एंगल तो असी जिहड़े साडे होर जिहड़ियां इकानमी दीआं जिहड़ियां बेसिक सुपरस्ट्रक्चरस आ उहदे प्रति जिहड़ी जिहड़ियां साडियां वा असीं उह समझदे कि असीं आ उहदे च इको एक पार्टी लैफ्ट दी ते NDP नो डाउट उहनां दीआं इह कुछ मंगां बहुत थोड़ियां वह लैके आए आ वह असी भी उहदे नाल असी सपोर्ट करते हैं पर NDP ते ग्रीन जिहड़ियां एज ए होल लैफ्ट अपने आप नूं इस इलैक्शन च नहीं कह सकदियां हरिंदर जी अपने कोल क्वेश्चन बहुत ने इशू बहुत ने तो आप हम एक इशू नू लैके 2-3 मिनट तुसी ब्रीफली जिहड़ा हैगा सानू दसना कि तुहाडी पार्टी दूजियां पार्टियां तो किवें डिफरेंट है सब तो पहला आपां फॉरन रिलेशन दे वेखीए क्योंकि कम्यूनिस्ट पार्टीज़ क्योंकि इंटरनेशनल नू तरजीह दिंदियां तो इस करके तुहाडी पार्टी जिहड़ियां कनेडा दीआं गवर्नमेंट है और उन्हां दीआं दूसरियां पोलीटिकल पार्टीज़ आ उन्हां तों फॉरन रिलेशन तुहाडा नज़रिया वक्खरा किवें है तुहाडे कोल 1 मिनट ते 30 सैकेंड्स ए संजीव जी बिल्कुल दुख की गल हुई है कि ट्रूडो साहब जदों सरकार चाहे तो लगता ही कि कोई हार्पर की जिहड़ी फॉरन पॉलिसी ही वो बिल्कुल इन अलायंस सी US दे नाल जिहड़ी अग्रैशन की पॉलिसी आ दूसरे देशों पर धौंस की पॉलिसी आ जिहड़ी भी उहदे तों एक वक्खरी तरह का राह लैणगे पर ट्रूडो हुणी इस पक्ष ते बिल्कुल फेलियर हुई आ और इन्हां स्टीफन हार्पर की उस पॉलिसी नूं अगे रखिया
ਔਰ ਪਾਲਿਸੀ ਉਹ ਇਹ ਰਹੀ ਆ ਕਿ ਐਗਰੈਸ਼ਨ ਦੀ ਪਾਲਿਸੀ ਆ ਯੂ ਐੱਸ ਟਰੰਪ ਹੁਣੀ ਕਹਿੰਦੇ ਬਿਲਕੁਲ ਅਲਾਇੰਸ ਦੀ ਆ, ਅਲਾਇਨ ਕਰਦੇ ਉਹਨਾਂ ਦੇ ਨਾਲ। ਵੈਨੇਜ਼ੁਏਲਾ 'ਚ ਕੈਨੇਡਾ ਦੀ ਭੂਮਿਕਾ ਬਹੁਤ ਮਾੜੀ ਰਹੀ ਆ, ਉੱਥੋਂ ਦੀ ਚੁਣੀ ਹੋਈ ਮਡੂਰੋ ਸਰਕਾਰ ਦੀ ਇਲੈਕਟਿਡ ਗੌਰਮੈਂਟ 'ਚ ਇਹਨਾਂ ਨੇ ਪੂਰਾ ਦਖਲ ਦਿੱਤਾ, ਔਰ ਅਸੀਂ ਦੇਖਿਆ ਕਿ ਜਿਹੜੀ ਕੌਂਸਲ ਬਣੀ ਲੈਟਿਨ ਅਮੈਰੀਕਾ 'ਚ ਜਿਹੜੀ ਐਂਟੀ, ਉਹਦੇ 'ਚ ਇਹਨਾਂ ਨੇ ਸੀਰੀਆ 'ਚ ਇਹਨਾਂ ਦੀ ਤੁਸੀਂ ਦੇਖ ਲਓ, ਵੀ ਯੂਕਰੇਨ 'ਚ ਜਿਹੜੀ ਬਹੁਤ ਫਾਰ ਰਾਈਟ ਗੌਰਮੈਂਟ ਆ ਉਹਨੂੰ ਟਰੂਡੋ ਦੀ ਸਰਕਾਰ ਨੇ ਪੂਰੀ ਹਮਾਇਤ ਦਿੱਤੀ, ਔਰ ਉਹਦੇ 'ਚ ਜਿਹੜੇ ਫਾਰ ਰਾਈਟ ਗਰੁੱਪਸ ਆ ਉਹਨਾਂ ਨੂੰ ਇਹਨਾਂ ਨੇ ਕੀਤਾ। ਤੋ ਅਸੀਂ ਸਮਝਦੇ ਹਾਂ ਕਿ ਜਿਹੜੀ ਕੈਨੇਡਾ ਦੀ ਟਰੂਡੋ ਹੁਣਾਂ ਦੇ ਥੱਲੇ ਵੀ ਫੋਰਨ ਪਾਲਿਸੀ ਰਹੀ, ਉਹ ਦੂਸਰੇ ਦੇਸ਼ਾਂ ਦੇ ਅੰਦਰੂਨੀ ਮਸਲਿਆਂ 'ਚ ਦਖਲ ਦੇਣ ਦੀ ਪਾਲਿਸੀ ਰਹੀ ਆ, ਨੈਟੋ ਦਾ ਮੈਂਬਰ ਰਹੀ, ਅਸੀਂ ਨੈਟੋ ਦੀ ਵਿਰੋਧ ਕਰ ਦੇਂਗੇ, ਨੈਟੋ ਨੂੰ ਖਤਮ ਕਰੋ, ਇਹਨਾਂ ਨੇ ਬੜੀ ਐਕਟਿਵ ਪਾਰਟੀਸਪੇਸ਼ਨ ਕੀਤੀ। ਔਰ ਯੂ ਐੱਸ ਦੇ ਕਹਿਣ 'ਤੇ ਇਹਨਾਂ ਨੇ ਨੈਟੋ 'ਚ ਪ੍ਰੋਮਿਸ ਕੀਤਾ ਕਿ ਅਸੀਂ ਆਪਣੀ ਜਿਹੜੀ ਸ਼ੇਅਰਿੰਗ ਆ 2% ਜਿੱਦਾਂ ਨੈਟੋ ਦੀ ਆ, ਵੀ ਇਹ ਕੈਨੇਡਾ ਇਸ ਵੇਲੇ 1.2 ਕਰਦਾ, ਪਰ ਇਹਨਾਂ ਪ੍ਰੋਮਿਸ ਕੀਤਾ। ਇਹਨਾਂ ਨੇ ਡਿਫੈਂਸ ਬਜਟ ਵਧਾਉਣ ਦੀ ਗੱਲ ਕੀਤੀ, 75% ਅਸੀਂ ਇਹਨੂੰ ਘਟਾਇਆ ਜਾਵੇ। ਤੋ ਮੈਂ ਸਮਝਦਾ ਕਿ ਸਾਡੀ ਅਪਰੋਚ ਇਹ ਆ ਕਿ ਇੰਟਰਨੈਸ਼ਨਲ ਲੈਵਲ 'ਤੇ ਕਿ ਸਾਡੀ ਜਿਹੜੀ ਦੂਸਰਿਆਂ ਦੇਸ਼ਾਂ ਪ੍ਰਤੀ ਆ ਉਹ ਸਹਿਯੋਗ ਦੀ ਪਾਲਿਸੀ ਹੋਵੇ, ਉਹਨਾਂ ਦੇ ਇੰਟਰਨਲ ਮਸਲਿਆਂ 'ਚ ਦਖਲ ਦੇਣ ਦੀ ਬਿਲਕੁਲ ਨਹੀਂ, ਕਿਸੇ ਵੀ ਕੰਟਰੀ ਨੂੰ ਕੋਈ ਹੱਕ ਨਹੀਂ ਆ। ਸਾਡਾ ਉਹਨਾਂ ਪ੍ਰਤੀ ਸਹਿਯੋਗ ਹੋਵੇ, ਟ੍ਰੇਡ ਹੋਵੇ ਜਾਂ ਉਹਨਾਂ ਦੇ ਜਿਹੜੇ ਅੰਦਰੂਨੀ ਮਸਲੇ, ਉਹਨਾਂ 'ਚ ਬਿਲਕੁਲ ਦਖਲ ਨਹੀਂ ਹੋਣਾ ਚਾਹੀਦਾ। ਸਹਿਯੋਗ ਦੀ ਹੋਣੀ ਚਾਹੀਦੀ ਆ, ਕੋਆਪਰੇਸ਼ਨ ਦੀ ਹੋਣੀ ਚਾਹੀਦੀ ਆ, ਉਹਨਾਂ ਨੂੰ ਹੱਕ ਵਾ ਉਹ ਕਿਹੜਾ ਪਾਥ ਆਪਣਾ ਡਿਵੈਲਪਮੈਂਟ 'ਚ ਚੁਣਦੇ ਆ। ਹਰਿੰਦਰ ਜੀ, ਅਗਲਾ ਮਸਲਾ ਜਿਹੜਾ ਆਪਾਂ ਚੁਣਨਾ, ਜੋ ਕਿ ਆਮ ਕੈਨੇਡੀਅਨਸ, ਆਮ ਅੰਟੇਰੀਓ ਦੇ ਲੋਕਾਂ ਜਾਂ ਆਮ ਬ੍ਰੈਂਪਟਨ ਦੇ ਲੋਕਾਂ ਦਾ ਮਸਲਾ ਹੈਗਾ, ਉਹ ਹੈ ਹੈਲਥ ਕੇਅਰ। ਹਸਪਤਾਲਾਂ 'ਚ ਬੁਰਾ ਹਾਲ ਹੈ, ਆਪਾਂ ਜਾਂਦੇ ਹਾਂ 20-30 ਘੰਟੇ, ਕਈ ਵਾਰੀ ਡਾਕਟਰ ਦੇ ਨਾਲ ਅਪੁਆਇੰਟਮੈਂਟ ਨਹੀਂ ਮਿਲਦੀ, ਬੈੱਡ ਨਹੀਂ ਮਿਲਦਾ, ਹਾਲਵੇਜ਼ ਦੇ ਵਿੱਚ ਜਿਹੜੇ ਮਰੀਜ਼ ਆ ਉਹ ਦਰਦ ਨਾਲ ਕਰਾਉਂਦੇ ਹੁੰਦੇ ਆ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜੇ ਇੱਕ ਆਲਟਰਨੇਟ ਸਿਸਟਮ ਹੋਵੇ ਕਿ ਇੱਕ ਪਬਲਿਕ ਸੈਕਟਰ ਵੀ ਹੋਵੇ ਨਾਲ ਦੇ ਨਾਲ ਪ੍ਰਾਈਵੇਟ ਵੀ ਹੋਵੇ, ਜਿਹੜੇ ਪ੍ਰਾਈਵੇਟਲੀ ਪੇ ਕਰ ਸਕਦੇ ਉਹ ਉੱਥੇ ਕਰਾ ਲੈਣ, ਤਾਂ ਕਿ ਪਬਲਿਕ ਸੈਕਟਰ ਦੇ ਉੱਤੇ ਜ਼ਿਆਦਾ ਬੋਝ ਨਾ ਪਵੇ ਅਤੇ ਜਿਹੜੇ ਮੋਸਟ ਅਨਫੋਰਚੁਨੇਟ ਜਾਂ ਅੰਡਰ ਪ੍ਰਿਵਿਲੇਜ ਲੋਕ ਆ ਉਹਨਾਂ ਨੂੰ ਪਬਲਿਕ ਸੈਕਟਰ ਦੇ ਵਿੱਚ ਵਧੀਆ ਜਿਹੜੀਆਂ ਹੈਲਥ ਸਰਵਿਸਿਸ ਮਿਲ ਸਕਣ। ਤੁਹਾਡੀ ਇਸ ਬਾਰੇ ਕੀ ਰਾਏ ਆ? ਅਸੀਂ ਬਿਲਕੁਲ ਇਹਦਾ ਬੜੀ ਸਖਤੀ ਨਾਲ ਵਿਰੋਧ ਕਰਦੇ ਹਾਂ ਜੀ। ਅਸੀਂ ਯੂਨੀਵਰਸਲ ਪਬਲਿਕ ਹੈਲਥ ਸਿਸਟਮ ਦੀ ਸਿਰਫ ਗੱਲ ਨਹੀਂ ਕਰਦੇ, ਇਹਦੇ ਲਈ ਫਾਈਟ ਵੀ ਕਰਦੇ ਹਾਂ। ਵੈਨਕੂਵਰ 'ਚ ਕੇਸ ਵੀ BC 'ਚ ਕੀਤਾ ਹੋਇਆ ਕਿਸੇ ਡਾਕਟਰ ਨੇ, ਹੀ ਇਜ਼ ਅ ਵੈਰੀ ਰਿਚ ਗਾਈ, ਉਹਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਜਿਹੜੀ ਡਾਕਟਰਸ ਨੂੰ ਪ੍ਰਾਈਵੇਟ ਪ੍ਰੈਕਟਿਸ ਦੀ ਆਗਿਆ ਦਿੱਤੀ ਜਾਵੇ, ਔਰ ਅਸੀਂ ਇਹਦੀ ਲਗਾਤਾਰ ਵਿਰੋਧ ਕਰ ਰਹੇ ਕਿਉਂ ਇਹ ਗਲਤ ਰਾਹ ਵਾ। ਜਿਹੜਾ ਪਬਲਿਕ ਹੈਲਥ ਦਾ ਯੂਨੀਵਰਸਲ ਕਰੈਕਟਰ ਆ, ਪਬਲਿਕ ਵੈਲ ਫੰਡਡ ਯੂਨੀਵਰਸਲ ਪਬਲਿਕ ਹੈਲਥ ਕੇਅਰ ਆ, ਇਹ ਬੈਸਟ ਹੈ। ਪਰ ਹਰਿੰਦਰ ਜੀ, ਜੇ ਆਪਾਂ ਵੇਖੀਏ ਸਰਕਾਰਾਂ ਕੋਲ ਇੰਨੇ ਪੈਸੇ ਨਹੀਂ ਹੈਗੇ, ਹਾਂਜੀ, ਔਰ ਜਿਹਦੇ ਕਰਕੇ ਕੀ ਆ ਕਿ ਉਹਨਾਂ ਨੂੰ ਹੋਸਪਿਟਲ ਨੂੰ ਪ੍ਰੋਪਰ ਸਹੂਲਤਾਂ ਨਹੀਂ ਮਿਲਦੀਆਂ, ਉਹਨਾਂ ਕੋਲ ਫੰਡਸ ਨਹੀਂ ਹੈਗੇ, ਇਸ ਕਰਕੇ ਜਿਹੜੇ ਮਰੀਜ਼ ਨੇ ਉਹ ਹਸਪਤਾਲਾਂ ਦੇ ਵਿੱਚ ਬੈਠੇ ਰਹਿੰਦੇ ਨੇ। ਉਹਨਾਂ ਨੂੰ ਆਪਾਂ ਜਾਈਏ ਅਤੇ ਕਈ ਵਾਰੀ 15-15 ਘੰਟੇ ਆਪਾਂ ਬਹਿ ਕੇ ਅਤੇ ਵਾਪਸ ਆ ਜਾਂਦੇ ਹਾਂ, ਉਹਦੇ ਨਾਲ ਚੰਗਾ ਨਹੀਂ ਹੈ? ਨਹੀਂ ਤਾਂ ਵੰਜੀ, ਇਹ ਪਹਿਲੀ ਗੱਲ ਇਹ ਸਮਝਣ ਦੀ ਲੋੜ ਆ ਕਿਉਂਕਿ ਵੀ ਜਿਹੜਾ ਪਬਲਿਕ ਹੈਲਥ 'ਚ ਕ੍ਰਾਈਸਿਸ ਪੈਦਾ ਕਿੱਦਾਂ ਕੀਤਾ ਗਿਆ, ਕੈਨੇਡਾ ਨੂੰ ਇਸ ਵੇਲੇ ਰੈਵੇਨਿਊ ਕ੍ਰਾਈਸਿਸ ਕਿਉਂ ਆ, ਭਾਵੇਂ ਪ੍ਰੋਵਿੰਸ ਆ ਭਾਵੇਂ ਫੈਡਰਲ ਨੂੰ ਰੈਵੇਨਿਊ ਕ੍ਰਾਈਸਿਸ ਕਿਉਂ ਆ? ਕੈਨੇਡਾ ਨੇ ਤੁਸੀਂ ਦੇਖੋ ਕਾਰਪੋਰੇਟ ਟੈਕਸਿਸ ਐਟ ਦਾ ਫੈਡਰਲ ਲੈਵਲ 15% ਆ, ਲਗਾਤਾਰ ਘਟੇ। ਪ੍ਰੋਵਿੰਸ਼ੀਅਲ ਕਾਰਪੋਰੇਟ ਟੈਕਸਿਸ 11% ਆ। ਕੈਨੇਡਾ ਲਗਭਗ $10 billion ਫੈਡਰਲ ਲੈਵਲ 'ਤੇ ਲੂਜ਼ ਕਰ ਰਿਹਾ। ਜਿਹੜੇ ਟੈਕਸ ਹੈਵਨ 'ਚ ਕੈਨੇਡਾ ਦੀ ਮਨੀ ਕਾਰਪੋਰੇਟਸ ਨੇ ਰੱਖੀ, ਤੁਸੀਂ ਜਾਣਦੇ $250 billion ਓਵਰਸੀਜ਼ 'ਚ ਪਈ ਟੈਕਸ ਹੈਵਨ 'ਚ। ਕੈਨੇਡਾ ਦੇ ਸਟੈਟਸ ਕੈਨੇਡਾ ਨੇ ਕਿਹਾ ਅਸੀਂ $10 billion ਈਅਰਲੀ ਲੂਜ਼ ਕਰ ਰਹੇ ਹਾਂ ਉਹਦੇ 'ਚ। ਤੋ ਅਸੀਂ, ਸਾਡੀ ਇਹ ਮੰਗ ਆ ਕਿ ਜਿਹੜਾ ਗੌਰਮੈਂਟ ਨੇ ਕੀ ਕੀਤਾ, ਲਗਾਤਾਰ ਸਲੈਸ਼ ਕਰਕੇ ਕਾਰਪੋਰੇਟ ਟੈਕਸਿਸ ਇੱਕ ਰੈਵੇਨਿਊ ਕ੍ਰਾਈਸਿਸ ਫੈਡਰਲ ਪ੍ਰੋਵਿੰਸ਼ੀਅਲ ਲੈਵਲ 'ਤੇ ਪੈਦਾ ਕਰਤਾ। ਅਸੀਂ ਕਹਿੰਦੇ ਕਿ ਕਾਰਪੋਰੇਟ ਟੈਕਸਿਸ ਡਬਲ ਕੀਤੇ ਜਾਣ, ਅਤੇ ਟੈਕਸ ਦਾ ਗਰੀਡੀ ਨੋਟ ਦਾ ਨੀਡੀ। ਜਿਹੜਾ ਸਾਡੀਆਂ ਪਬਲਿਕ ਸਰਵਿਸਿਜ਼ ਆ ਆਸਟੈਰਿਟੀ ਪਾਲਿਸੀ ਦੇ ਤਹਿਤ ਪ੍ਰਾਈਵੇਟ ਕਰਨ ਦੇ ਤਹਿਤ ਸਾਡੇ ਹੈਲਥ ਜਿਹੜਾ ਉਹ ਚੋਪਿੰਗ ਲਿਸਟ 'ਤੇ ਆ। ਜਿਵੇਂ ਤੁਸੀਂ ਕਹਿ ਰਹੇ ਕਿ ਜੇ ਪ੍ਰਾਈਵੇਟ ਆ ਜਾਏ ਹੋ ਸਕਦਾ ਮਸਲਾ ਲੋ ਜੂ, ਪ੍ਰਾਈਵੇਟ US 'ਚ ਤੁਸੀਂ ਹੈਲਥ ਕੇਅਰ ਦਾ ਵੇਖਣਾ ਹੋਵੇ ਤਾਂ ਤੁਹਾਨੂੰ ਪਤਾ ਲੱਗ ਜੂ ਕਿ ਪੂਅਰ ਨੂੰ, ਕਿਉਂਕਿ ਜਦੋਂ ਪ੍ਰਾਈਵੇਟ ਪੈਰਲਲ ਹੋ ਗਿਆ ਉਹਨਾਂ ਨੇ ਸਰਕਾਰ ਅਤੇ ਕਾਰਪੋਰੇਟ ਖੇਤਰ ਨੇ ਇਹ ਵੀ ਦਖਲ ਪਾਉਣ ਲੱਗ ਪੈਣਾ ਕਿ ਜਿਹੜੇ ਰਹਿੰਦੇ ਹਸਪਤਾਲ ਆ ਇਹ ਵੀ ਸਾਨੂੰ ਕੌਡੀਆਂ ਦੇ ਭਾਅ ਵੇਚ ਦਿਓ। ਅਸੀਂ ਜਿਹੜਾ ਬ੍ਰੈਂਪਟਨ 'ਤੇ ਹੋਸਪਿਟਲ ਆ ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਬਣਿਆ, ਜਦੋਂ ਬਣਿਆ ਸੀ ਅਸੀਂ ਵਿਰੋਧ ਕੀਤਾ ਸੀ। 2 ਹਸਪਤਾਲ ਬਣਨੇ ਸੀ ਬ੍ਰੈਂਪਟਨ 'ਚ ਅਤੇ ਸਡਬਰੀ 'ਚ। ਸਾਡਾ ਜਿਹੜਾ ਪਬਲਿਕ ਹੈਲਥ ਕੇਅਰ ਹੈ 'ਚ ਕ੍ਰਾਈਸਿਸ ਪੈਦਾ ਕੀਤਾ ਗਿਆ। ਜੇ ਬ੍ਰੈਂਪਟਨ 'ਚ ਇੱਕ ਬ੍ਰੈਂਪਟਨ ਐਕਸ਼ਨ ਕਮਿਸ਼ਨ ਬਣੀ, ਮੈਂ ਉਹਦਾ ਮੈਂਬਰ ਹਾਂ, ਮੈਂ ਉਹਦੇ 'ਤੇ ਸਪੈਸ਼ਲੀ ਹੈਲਥ 'ਤੇ ਬੋਲਿਆ ਕਿ ਸਾਡੀ ਪ੍ਰੋਵਿੰਸ਼ੀਅਲ ਗੌਰਮੈਂਟ ਅੰਡਰ ਡੱਗ ਫੋਰਡ ਕਿਵੇਂ ਲਗਾਤਾਰ ਕੱਟ ਕਰਕੇ ਸਾਡੇ ਹੈਲਥ ਨੂੰ ਪ੍ਰਾਈਵੇਟ ਵੱਲ ਕਰ ਰਹੀ। ਤੋ ਸਾਡੇ ਹੈਲਥ ਕੇਅਰ ਨੂੰ ਇਹ ਨਹੀਂ ਕ੍ਰਾਈਸਿਸ ਆ ਕਿ ਗੌਰਮੈਂਟ, ਕਿਉਂਕਿ ਕਾਰਪੋਰੇਟ ਦਖਲ ਦੇ ਥੱਲੇ ਇਹ ਲਗਾਤਾਰ ਕਹਿ ਰਹੀ ਕਿ ਇਹਨਾਂ ਨੂੰ ਪ੍ਰਾਈਵੇਟ ਕਰੋ। ਆਪਣੀ ਗੱਲ ਸਮੇਟਦਿਆਂ ਮੈਂ ਇਹ ਕਹਿੰਦਾ ਕਿ ਜਦੋਂ ਡੱਗ ਫੋਰਡ ਦੀ ਸਰਕਾਰ
ਬਣੀ ਅਤੇ ਜਿਹੜਾ ਅੰਟਾਰੀਓ ਚੈਂਬਰ ਆਫ ਕਮਰਸ ਉਹਨੇ ਪਹਿਲੇ ਦਿਨ ਲੈਟਰ ਲਿਖੀ ਹਰ ਕੈਬਨਿਟ ਮਿਨਿਸਟਰ ਨੂੰ ਪਰਸਨਲੀ ਅਤੇ ਉਹਨੇ ਹੈਲਥ ਮਿਨਿਸਟਰ ਨੂੰ ਕ੍ਰਿਸਟੀਨ ਐਲਿਟ ਨੂੰ ਵੀ ਲੈਟਰ ਲਿਖੀ ਕਿ ਹੈਲਥ ਸੈਕਟਰ $50 ਬਿਲੀਅਨ ਦਾ ਸਾਡੇ ਲਈ ਪ੍ਰੋਫਿਟ ਦਾ ਇੱਕ ਖਜ਼ਾਨਾ ਵਾ, ਤੂੰ ਸਾਡੇ ਲਈ ਰਾਹ ਖੋਲ ਅਤੇ ਉਹ ਬਾਕੀ ਅੱਗੇ ਆਪਣੇ ਸਾਨੂੰ ਪਤਾ ਹੈ। ਹਰਿੰਦਰ ਜੀ, ਸਮਾਂ ਆਪਣੇ ਕੋਲ ਬਹੁਤ ਥੋੜ੍ਹਾ ਰਹਿ ਗਿਆ, ਲਗਭਗ 1.5 ਮਿੰਟ ਰਹਿ ਗਿਆ। ਕੀ ਤੁਸੀਂ ਆਸ ਕਰਦੇ ਹੋ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣੋਗੇ, ਤੁਹਾਨੂੰ ਇੰਨੀਆਂ ਵੋਟਾਂ ਪੈਣਗੀਆਂ, ਜੇ ਕਰਦੇ ਹੋ ਤਾਂ ਉਹ ਕਿਸ ਆਧਾਰ 'ਤੇ, ਜੇ ਤੁਸੀਂ ਸਮਝਦੇ ਹੋ ਕਿ ਨਹੀਂ ਤਾਂ ਫਿਰ ਤੁਹਾਨੂੰ ਲੋਕ ਵੋਟ ਕਿਉਂ ਪਾਉਣ? ਮੈਂ ਬਿਲਕੁਲ ਜੀ, ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਤੁਹਾਡੇ ਕੋਲ 1 ਮਿੰਟ ਹੈ। ਸਾਡੀ ਜਿਹੜੀ ਕਮਿਊਨਿਸਟ ਪਾਰਟੀ ਆ, ਅਸੀਂ ਸਿਰਫ ਇਲੈਕਸ਼ਨਾਂ ਨਹੀਂ ਲੜਦੇ, ਜਿਵੇਂ ਕਿ ਇਲੈਕਸ਼ਨਾਂ 'ਚ ਤੁਸੀਂ ਦੇਖਦੇ ਬਹੁਤ ਕੈਂਡੀਡੇਟ ਆਉਂਦੇ ਆ ਔਰ ਡਿਸਪੀਅਰ ਹੋ ਜਾਂਦੇ। ਸਾਡੀ ਪਾਰਟੀ ਇਲੈਕਸ਼ਨਾਂ ਦੇ ਦਰਮਿਆਨ ਵੀ ਲੜਦੀ, ਉਹ ਪੀਸ ਦਾ ਮਸਲਾ। ਅਸੀਂ ਇਸ ਇਲੈਕਸ਼ਨ 'ਚ 3 ਮਸਲੇ ਲਏ ਆ, ਇੰਟਰਨੈਸ਼ਨਲ ਫੋਰਨ ਰਿਲੇਸ਼ਨਸ, ਪੀਸ ਦਾ ਮਸਲਾ ਜਿਹੜਾ ਇਹਨਾਂ ਹਥਿਆਰਾਂ 'ਤੇ ਖਰਚਾ ਹੋ ਰਿਹਾ ਉਹ ਕੱਟ ਕਰਕੇ ਲੋਕਾਂ ਦੀ ਵਿੱਦਿਆ ਅਤੇ ਸਿਹਤ ਸਹੂਲਤਾਂ 'ਤੇ ਅਤੇ ਹੋਰ ਮਸਲਿਆਂ 'ਤੇ ਕੀਤਾ ਜਾਣਾ ਚਾਹੀਦਾ। ਔਰ ਤੀਸਰਾ ਵਾ ਬ੍ਰੈਡ ਐਂਡ ਬਟਰ ਦਾ, ਕਿ ਜਿਹੜੀ ਸਾਡੀ ਇਕਾਨਮੀ USMCA ਜਿਹੜਾ ਯੂਨਾਈਟਿਡ ਕੈਨੇਡਾ ਮੈਕਸੀਕੋ ਦਾ ਐਗਰੀਮੈਂਟ ਹੋਇਆ, ਉਹ ਵੀ ਇੱਕ ਅਸੀਂ ਉਹਦੇ 'ਤੇ ਵੀ ਬੜੀ ਗੱਲ ਕਰ ਰਹੇ। ਤੋ ਅਸੀਂ ਇਸ ਇਲੈਕਸ਼ਨ 'ਚ ਇਹ ਮਸਲੇ ਸਿਰਫ ਇਲੈਕਸ਼ਨਾਂ 'ਚ ਨਹੀਂ ਲੈ ਕੇ ਉਹਨਾਂ ਦਰਿਆਨ ਵੀ ਲੜਦੇ। ਔਰ ਮੈਂ ਸਮਝਦਾ ਕਿ ਬ੍ਰੈਮਟਨ ਵੈਸਟ ਤੋਂ ਜੇ ਤੁਹਾਡੇ ਮਸਲਿਆਂ ਪ੍ਰਤੀ ਕੋਈ ਕੈਂਡੀਡੇਟ ਜਾਣੂ ਆ ਔਰ ਤੁਹਾਡੇ ਲਈ ਇਸ ਇਲੈਕਸ਼ਨ ਤੋਂ ਬਾਅਦ ਵੀ ਲੜੂਗਾ ਤਾਂ ਉਹ ਸਾਡੀ ਪਾਰਟੀ ਔਰ ਹਰਿੰਦਰ ਹੁੰਦਲ ਆ। ਔਰ ਮੈਂ ਆਸ ਕਰਦਾ ਕਿ ਤੁਸੀਂ ਇਸ ਇਲੈਕਸ਼ਨ 'ਚ ਮੁੱਦਿਆਂ ਨੂੰ ਧਿਆਨ 'ਚ ਰੱਖਦੇ ਹੋਇਆ ਕਿ ਕਿਹੜਾ ਬੰਦਾ ਲੰਮੇ ਸਮੇਂ ਤੋਂ ਕੋਈ ਇੱਦਾਂ ਦਾ ਕੋਈ ਪੋਲੀਟੀਕਲ ਅਪਰਚੁਨਿਜ਼ਮ ਨਹੀਂ ਕਿ ਵੀ ਕਿਸੇ ਐਸੀ ਪਾਰਟੀ 'ਚ ਜਾ ਕੇ ਇਲੈਕਟ ਹੋ ਜਾਵੇ। ਲੋਕਾਂ ਦੇ ਮਸਲਿਆਂ ਲਈ ਸੀਰੀਅਸ ਇਹ ਸਟਰਗਲ ਦਾ ਮਸਲਾ ਔਰ ਮੈਂ ਲਗਾਤਾਰ ਐਕਟਿਵ ਵੀ ਰਿਹਾ, ਐਕਟਿਵ ਵੀ ਰਹੂੰਗਾ। ਜੇ ਤੁਸੀਂ ਮੈਨੂੰ ਵੋਟ ਪਾਓਗੇ ਤੁਸੀਂ ਇਹ ਸਮਝੋਗੇ ਕਿ ਮਸਲਿਆਂ ਨੂੰ ਵੋਟ। ਹਰਿੰਦਰ ਜੀ, ਤੁਸੀਂ ਪ੍ਰਾਈਮ ਏਸ਼ੀਆ ਦੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸਨ ਹਰਿੰਦਰ ਹੁੰਡਲ, ਬ੍ਰੈਂਪਟਨ ਵੈਸਟ ਤੋਂ, ਕੈਂਡੀਡੇਟ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ। ਸੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਕਿਸੇ ਪਾਰਟੀ ਦਾ ਨਾ ਸਪੋਰਟ ਕਰਦਾ ਨਾ ਵਿਰੋਧ ਕਰਦਾ, ਸਾਡਾ ਪਰਪਸ ਇਹ ਹੈ ਕਿ ਕੈਂਡੀਡੇਟਸ ਨੂੰ ਤੁਹਾਡੇ ਰੂਬਰੂ ਕਰਾਉਣਾ ਤਾਂ ਕਿ ਤੁਸੀਂ ਆਪਣੇ ਐਜੂਕੇਟਿਡ ਡਿਸੀਜਨ ਕਰ ਸਕੋ। ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਸਾਨੂੰ ਜ਼ਰੂਰ ਲਿਖਿਓ। ਤੁਸੀਂ ਵੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ ਤੁਹਾਡੇ ਲਈ।